ਬਖਸ਼ ਸਲਾਮ ਲੁਚਾ ਸਾਈਆਂ ਉਹ ਕਰਦੇ ਤੰਗ ਨੀ ਕਲਮਾ ਪੜਨ ਵਾਲਿਆਂ ਨੂੰ ਇਹਨੇ ਦਾਲ ਮਤਾਈ ਸਮਝਾ ਸਾਈਆਂ ਆਖਿਆ ਵੱਡੇ ਦੋ ਭਲਵਾਨ ਜਵਾਨ ਜਾਫਰ ਨਗੈਰ ਦੀ ਅੱਗ ਮਚਾ ਸਾਈਆਂ ਅਬੂ ਜਹਿਲ ਨੂੰ ਪਾ ਕੇ ਰਾਹ ਸਿੱਧੇ ਸੰਗਤਾਂ ਸਾਡੀਆਂ ਵਿੱਚ ਲੈ ਆ ਸਾਈਆਂ ਰੱਖ ਆਪ ਸਲਾਮ ਦੀ ਲਾਜ ਦਾਇਮ ਹੋ ਤੂੰ ਵੱਧ ਔਲਾਦ ਸ਼ਰੀਫ ਖੁਦਾ ਸਾਈਆਂ ਉਸ ਵਕਤ ਰਾਤੀ ਤੇ ਮੰਗੀਏ ਦੁਆ ਸਰਕਾਰ ਅਲ ਫਜਰੀ ਉੱਠ ਕੇ ਅਬੂ ਜਹਿਲ ਪੁਕਾਰ ਦੇਵੇ ਕਰਕੇ ਨੱਠੇ ਆਪਣਾ ਧੜਾ ਸਾਰਾ ਵੱਡੇ ਜੋਸ਼ ਦੇ ਨਾਲ ਲਲਕਾਰ ਦੇਵੇ ਸੌ ਉਠ ਹਜ਼ਾਰ ਦਿਨਾਰ ਦੇਸਣ ਜਿਹੜਾ ਸਿਰੂ ਮੁਹੰਮਦ ਨੂੰ ਮਾਰ ਦੇਵੇ ਐਸਾ ਕੌਣ ਸ਼ੇਰ ਦਲੇਰ ਜਵਾਨ ਨੰਗਾ ਜਿਹੜਾ ਸੱਟ ਮਾਰ ਕੇ ਸਿਰ ਸੁਤਾਰ ਦੇਵੇ ਕਿਹੜਾ ਆਵਾਜ਼ ਕੀਤਾ ਤੇ ਹੋਵੇ ਸਾਹਮਣੇ ਜਿਸ ਨੇ ਉਹ ਨਾਮ ਲੈਣਾ ਦੇਵੇ
ਪਲਕ ਵਿੱਚ ਬਦਲਦੇ ਨੀ ਰੰਗ ਉੱਥੇ ਵੇਖੋ ਰੱਬ ਰਹੀਮ ਦੇ ਭਾਵਨੇ ਸਰਕਾਰ ਦੀ ਪਕੜੀ ਉਹਨੂੰ ਮਰ ਚੱਲਿਆ ਮਰਦੇ ਭਾਵਨੇ ਆਖਿਆ ਆ ਰਾਤ ਬਾਹਰ ਦੀ ਫੁੱਲਾਂ ਉੱਤੇ ਬੁੱਲ ਬੁੱਲ ਚੱਲੀਏ ਮੌਜ ਮੰਗਾਵਣੇ ਨੂੰ ਘਰੋਂ ਚੱਲਿਆ ਸੀ ਮੰਮਣ ਦਾ ਕੱਟਣ ਸੀਸ ਨੂਰੀ ਅਤੇ ਆਪਣੇ ਸੀਸ ਕਟਵਾਵਣੇ ਨੂੰ ਰਮਤ ਰੱਬ ਦੀ ਮਿਲੇ ਦੀ ਘੁੱਟ ਸੀ ਮੈਂ ਉਹ ਘਰੋਂ ਚੱਲਿਆ ਸੀ ਕੈਰ ਕਮਾਵਣੇ ਨੂੰ ਦਾਇਮ ਉਸ ਨੂੰ ਆਪਣਾ ਸੀਸ ਦੇਸੀ ਜਿਹਦਾ ਚੱਲਿਆ ਸੀਸ ਲਿਆਵਣੇ ਨੂੰ ਉਸ ਵਕਤ ਉਹ ਜਲਾਲੀ ਜਵਾਨ ਉਮਰ ਬੜੇ ਗੁੱਸੇ ਤੇ ਜੋਸ਼ ਦੇ ਨਾਲ ਤਲਵਾਰ ਹੱਥ ਵਿੱਚ ਕਰ ਲਈ ਚੋਰੀ ਪੜਨ ਨਮਾਜ਼
ਤਰਾਨ ਕਲਮੇ ਗਏ ਹੋਏ ਨੀ ਦੀਨਦਾਰ ਜਾ ਕੇ ਘਰ ਝਾਕੜੀ ਕੱਟ ਕੇ ਵਰਤ ਮੀਆਂ ਮੱਥਾ ਲਾ ਲਈ ਨਾਲ ਅਗਿਆਰ ਜਾ ਕੇ ਉਹ ਮੋਮਨ ਭੈਣ ਭਨੂ ਜਿਹੜਾ ਹੋਏ ਦੋਵੇਂ ਪਹਿਲਾਂ ਉਹਨਾਂ ਦਾ ਸੀਸ ਉਤਾਰ ਜਾ ਕੇ
Oh
ਸਾਰਾ ਉਮਰ ਆ ਗਿਆ ਆਖਿਆ ਤਾਂ ਉਮਰ ਜਨਾਬ ਤੋਂ ਮੰਗਦੇ ਆ ਬੰਦਾ ਕਰਮ ਉਸ ਪਾਕ ਜਨਾਬ ਦਾ ਹੈ ਆ ਉਮਰ ਵਿੱਚ ਇਸ ਤਰ੍ਹਾਂ ਹੋਇਆ